ਸਲੋਕ ਮਹੱਲਾ ਤੀਜਾ। ਇਹ ਬਾਣੀ ਧੰਨ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਨਾਨਕ ਨਾਵੋ ਕੁੱਥੀਆਂ ਹਲਤ ਪਲਤ ਸਭ ਜਾਏ। ਹੇ ਨਾਨਕ, ਨਾਮ ਤੋਂ ਖੁੰਝਿਆ ਦਾ ਲੋਕ ਪ੍ਰਲੋਕ ਸਭ ਵਿਅਰਥ ਜਾਂਦਾ ਹੈ। ਜਪ ਤਪ ਸੰਜਮ ਸਭ ਹਿਰ ਲਿਆ, ਮੁੱਠੀ ਦੂਜੈ ਪਾਏ। ਉਹਨਾਂ ਦਾ ਜਪ ਤਪ ਅਤੇ ਸੰਜਮ ਸਭ ਖੁੱਸ ਜਾਂਦਾ ਹੈ ਅਤੇ ਮਾਇਆ ਦੇ ਮੋਹ ਵਿੱਚ ਉਹਨਾਂ ਦੀ ਮੱਤ ਠੱਗੀ ਜਾਂਦੀ ਹੈ। ਜਮਦਰ ਬੱਧੇ ਮਾਰੀ ਹੈ, ਬਹੁਤੀ ਮਿਲੈ ਸਜਾਏ। ਜਮ ਦੁਆਰ 'ਤੇ ਬੱਧੇ ਉਹ ਮਾਰੀਦੇ ਹਨ ਅਤੇ ਬੜੀ ਸਜ਼ਾ ਉਹਨਾਂ ਨੂੰ ਮਿਲਦੀ ਹੈ। ਮਹੱਲਾ ਤੀਜਾ। ਇਹ ਬਾਣੀ ਧੰਨ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਸੰਤਾਨ ਨਾਲ ਵੈਰ ਕਮਾਵਦੇ, ਦੁਸਤਾਂ ਨਾਲ ਮੋਹ ਪਿਆਰ। ਨਿੰਦਕ ਮਨੁੱਖ ਸੰਤ ਜਨਾਂ ਨਾਲ ਵੈਰ ਕਰਦੇ ਹਨ ਅਤੇ ਦੁਰਜਨਾਂ ਨਾਲ ਮੋਹ ਪਿਆਰ ਰੱਖਦੇ ਹਨ। ਅੱਗੇ ਪਿੱਛੇ ਸੁੱਖ ਨਹੀਂ, ਮਰ ਜੰਮਹਿ ਵਾਰੋ ਵਾਰ। ਤਿਸ ਨਾ ਕਦੇ ਨਾ ਬੁੱਝੇਈ, ਦੁਬਦਾ ਹੋਏ ਖੁਆਰ। ਉਹਨਾਂ ਨੂੰ ਲੋਕ ਪੁਰਲੋਕ ਵਿੱਚ ਕਿਤੇ ਸੁੱਖ ਨਹੀਂ ਮਿਲਦਾ, ਘੜੀ ਮੁੜੀ ਦੁਬਦਾ ਵਿੱਚ ਖੁਆਰ ਹੋ ਕੇ ਜੰਮਦੇ ਮਰਦੇ ਹਨ। ਉਹਨਾਂ ਦੀ ਤ੍ਰਿਸ਼ਨਾ ਕਦੇ ਨਹੀਂ ਲੈਂਦੀ। ਮੋਹ ਕਾਲੇ ਤਿਨ੍ਹਾਂ ਨਿੰਦਕਾਂ, ਤਿਤ ਸੱਚੈ ਦਰਬਾਰ। ਹਰੀ ਦੇ ਸੱਚੇ ਦਰਬਾਰ ਵਿੱਚ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਹਨ। ਨਾਨਕ ਨਾਮ ਵਿਹੂਣੀਆਂ, ਨਾ ਉਰਵਾਰ ਨਾ ਪਾਰ। ਹੇ ਨਾਨਕ, ਨਾਮ ਤੋਂ ਸੱਖਣਿਆਂ ਨੂੰ ਨਾ ਇਸ ਲੋਕ ਵਿੱਚ ਅਤੇ ਨਾ ਪਰਲੋਕ ਵਿੱਚ ਕੋਈ ਢੋਈ ਮਿਲਦੀ ਹੈ। ਪੌੜੀ ਜੋ ਹਰ ਨਾਮ ਧਿਆਇ ਦੇ, ਸੇ ਹਰ ਹਰ ਨਾਮ ਰਤੇ ਮਨ ਮਾਹੀ। ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ, ਉਹ ਅੰਦਰੋਂ ਹਰੀ ਨਾਮ ਵਿੱਚ ਰੰਗੇ ਜਾਂਦੇ ਹਨ। ਜਿਨ੍ਹਾਂ ਮਨ ਚਿੱਤ ਇੱਕ ਆਰਾਧਿਆ, ਤਿਨ੍ਹਾਂ ਇੱਕਸ ਬਿਨ ਦੂਜਾ ਕੋ ਨਾਹੀਂ। ਜਿਨ੍ਹਾਂ ਨੇ ਇਕਾਗਰ ਚਿੱਤ ਹੋ ਕੇ ਇੱਕ ਹਰੀ ਨੂੰ ਆਰਾਧਿਆ ਹੈ, ਉਹ ਉਸ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਦੇ। ਸਹੀ ਪੁਰਖ ਹਰ ਸੇਵਦੇ, ਜਿਨ ਧੁਰ ਮਸਤਕ ਲੇਖ ਲਿਖਾ ਹੀ। ਪਿਛਲੇ ਕੀਤੇ ਕਰਮਾਂ ਅਨੁਸਾਰ ਮੁੱਢ ਤੋਂ ਜਿਨ੍ਹਾਂ ਦੇ ਮੱਥੇ 'ਤੇ ਸੰਸਕਾਰ ਰੂਪ ਲੇਖ ਉੱਕਰਿਆ ਹੋਇਆ ਹੈ, ਉਹੀ ਮਨੁੱਖ ਹਰੀ ਨੂੰ ਜਪਦੇ ਹਨ। ਹਰ ਕੇ ਗੁਣ ਨਿਤ ਗਾਵਦੇ, ਹਰ ਗੁਣ ਗਾਏ ਗੁਣੀ ਸਮਝਾਹੀ। ਉਹੀ ਸਦਾ ਹਰੀ ਦੇ ਗੁਣ ਗਾਉਂਦੇ ਹਨ, ਗੁਣ ਗਾ ਗਾ ਕੇ ਗੁਣਾਂ ਦੇ ਮਾਲਕ ਹਰੀ ਦੀ ਉਹਨਾਂ ਨੂੰ ਸਿੱਖਿਆ ਦਿੰਦੇ ਹਨ। ਵਡਿਆਈ ਵੱਡੀ ਗੁਰਮੁਖਾ, ਗੁਰਪੂਰੈ ਹਰ ਨਾਮ ਸਮਾਹੀ। ਗੁਰਮੁਖਾਂ ਵਿੱਚ ਇਹ ਵੱਡਾ ਗੁਣ ਹੈ ਕਿ ਪੂਰੇ ਸਤਿਗੁਰੂ ਦੇ ਰਾਹੀਂ ਹਰੀ ਦੇ ਨਾਮ ਵਿੱਚ ਲੀਨ ਹੁੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।